ਜੋ ਆਵਦੋ ਸਾਜਿਸ਼ ਕੇ ਪਿਛੇ ਕੌਣ ਦਿੱਲੀ ਸਰਕਾਰ ਜੋ ਆਵਦੋ ਸਾਜਿਸ਼ ਕੇ ਪਿਛੇ ਕੌਣ ਦਿੱਲੀ ਸਰਕਾਰ ਜੋ ਆਵਦੋ ਸਾਜਿਸ਼ ਕੇ ਪਿਛੇ ਕੌਣ ਦਿੱਲੀ ਸਰਕਾਰ ਜੋ ਆਵਦੋ ਸਾਜਿਸ਼ ਕੇ ਪਿਛੇ ਕੌਣ ਹੰਗੁਸ਼ ਤੋਂ ਸਰਕਾਰ ਜੋ ਆਵਦੋ ਸਾਜਿਸ਼ ਕੇ ਪਿਛੇ ਕੌਣ ਅਟੈਕ ਬੰਦ ਜੋ ਆਵਦੋ ਸਾਜਿਸ਼ ਕੇ ਪਿਛੇ ਕੌਣ ਦਿੱਲੀ ਸਰਕਾਰ ਜੋ ਆਵਦੋ ਸਾਜਿਸ਼ ਕੇ ਪਿਛੇ ਕੌਣ ਸਾਜਿਸ਼ ਕੇ ਪਿਛੇ ਕੌਣ ਸਾਜਿਸ਼ ਕੇ ਪਿਛੇ ਕੌਣ ਦਿੱਲੀ ਸਰਕਾਰ ਜੋ ਆਵਦੋ ਸਾਜਿਸ਼ ਕੇ ਪਿਛੇ ਕੌਣ ਦਿੱਲੀ ਸਰਕਾਰ ਜੋ ਆਵਦੋ ਸਾਜਿਸ਼ ਕੇ ਪਿਛੇ ਕੌਣ ਸਾਜਿਸ਼ ਕੇ ਪਿਛੇ ਕੌਣ ਸਾਜਿਸ਼ ਕੇ ਪਿਛੇ ਕੌਣ ਸਾਜਿਸ਼ ਕੇ ਪਿਛੇ ਕੌਣ ਕੇਜਰੀਵਾਲ ਜੋ ਆਵਦੋ ਸਾਜਿਸ਼ ਕੇ ਪਿਛੇ ਕੌਣ ਕੇਜਰੀਵਾਲ ਜੋ ਆਵਦੋ ਸਾਜਿਸ਼ ਕੇ ਪਿਛੇ ਕੌਣ ਕੇਜਰੀਵਾਲ ਜੋ ਆਵਦੋ ਸਾਜਿਸ਼ ਕੇ ਪਿਛੇ ਕੌਣ 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 ਕੇਜਰੀਵਾਲ ਜੋ ਆਵਦੋ 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 ਸਾਜਿਸ਼ ਹੈ ਸਲੀਮ ਚਿਕਨਾ ਜਿਸਨੇ ਗੋਲੀ ਮਾਰੀ ਯਾਤਰਾ ਕੇ ਉੱਪਰ ਸਲੀਮ ਚਿਕਨਾ ਨੇ ਗੋਲੀ ਚਲਾਈ ਅਸਲਮ ਅਗਨ ਸਾਹਿਬ ਨੇ ਮਿਲ ਕਰਕੇ ਸਾਰਾ ਸ਼ਿਰੰਤ ਰਚਾ ਇਸਕਾ ਮਤਲਬ ਇਸਕੇ ਪਿੱਛੇ ਬਹੁਤ ਬੜੀ ਕਾਰੀ ਸਾਜਿਸ਼ ਹਿੰਦੁਸਤਾਨ ਕੇ ਸਾਤ ਸਟੇਟੋ ਕੇ ਅੰਦਰ ਰਾਮ ਨੌਮੀ ਔਰ ਇਹ ਜੋ ਹਨੂਮਾਨ ਜਯੰਤੀ ਕੇ ਉਪਲਕਸ਼ ਕੇ ਅੰਦਰ ਇਹ ਸਾਰਾ ਹਮਲਾ ਹੁਆ ਇਹ ਹਮਲਾ ਸੋਜੀ ਸੰਬੀ ਸਾਜਿਸ਼ ਕੇ ਤਹਿਤ ਹੁਆ ਔਰ ਸ਼੍ਰੀਮਾਨ ਕੇਜਰੀਵਾਲ ਦਾ ਪੁਤਲਾ ਜਲਾਇਆ ਮੈਨੇ ਏਕ ਕਹਨੇ ਕਾ ਪ੍ਰਯਾਸ ਕਰਨਾ ਚਾਹਤਾ ਹੂੰ ਕਿ ਇਸਕੇ ਵਿਸ਼ੇ ਕੇ ਅੰਦਰ ਸਪਸ਼ਟ ਕਰੋ ये मुसलमान कौन है जिन्हें साजिश रची इसके पीछे कौन लोग हैं उन बोले सारे विषय पर इन लोगों को मुसलमानों के आपस में लड़ाने का प्रयास कर रहे हैं आपने उनको मुफ्त दी मुफ्त दी राशन बड़ी साजिश है साजिश का पर्दाफाश होना चाहिए और श्रीमान केजरीवाल जी आप कब बुलडोजर चलाएंगे जिनके घरों से मस्जिदों से बाहर से पथराव हुआ है उन पर कब बुलडोजर चलेगा इसके विषय में जानते हैं।